ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕੈਲੀਫੋਰਨੀਆ ਅਤੇ ਗੁਰਦੁਆਰਾ ਸਿੰਘ ਸਭਾ 'ਚ ਹੋਈ ਘਟਨਾ ਦੀ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਅਮਰੀਕਾ 'ਚ ਅੱਤਵਾਦੀ ਜਥੇਬੰਦੀ ISIS ਦੇ ਖਿਲਾਫ ਰੋਹ ਵਧ ਗਿਆ ਹੈ। ਉਹਨਾਂ ਕਿਹਾ ਕਿ ਗੁੱਸਾਏ ਲੋਕਾਂ ਨੇ ਇਲਾਕੇ 'ਚ ਸਥਿਤ ਗੁਰਦੁਆਰੇ ਤੇ ISIS ਦੇ ਵਿਰੋਧ 'ਚ ਆਪੱਤੀਜਨਕ ਫੋਟੋ ਬਣਾ ਦਿੱਤੇ ਅਤੇ ਤੋੜਫੋੜ ਕੀਤੀ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। SGPC ਪ੍ਰਧਾਨ ਨੇ ਕਿਹਾ ਕਿ ਉਹ ਸਿੱਖਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਿਤ ਹਨ। ਉਹਨਾਂ ਕਿਹਾ ਕਿ ਵਿਕਸਿਤ ਦੇਸ਼ਾਂ 'ਚ ਅਜਿਹੀਆਂ ਘਟਨਾਵਾਂ ਹੋਣੀਆਂ ਬਹੁਤ ਚਿੰਤਾ ਦਾ ਵਿਸ਼ਾ ਹੈ। ਲੇਕਿਨ ਇਸ ਤੋਂ ਵੱਡੀ ਦੁਖਦਾਈ ਅਤੇ ਮਾੜੀ ਘਟਨਾ ਨਹੀਂ ਹੋ ਸਕਦੀ ਕਿ ਗੁਰਦੁਆਰਾ ਸਾਹਿਬ 'ਤੇ ਹਮਲਾ ਕੀਤਾ ਜਾਵੇ ਔਰ ਕਿਸੇ ਫਿਰਕੇ ਨੂੰ ਜਿਹੜਾ ਕਿ ਸਾਲਾਂ ਬੱਧੀ ਉੱਥੇ ਰਹਿ ਰਿਹਾ ਹੋਵੇ ਉਹਨੂੰ ਅਜੇ ਵੀ ਨਫ਼ਰਤ ਦੀ ਨਿਗਾਹ ਨਾਲ ਦੇਖਿਆ ਜਾਵੇ ਜਾਂ ਉਹਨੂੰ ਮਿਸਇੰਟਰਪ੍ਰੈਟ ਕੀਤਾ ਜਾਵੇ ਜਾਂ ਮਿਸਆਈਡੈਂਟੀਫਾਈ ਕੀਤਾ ਜਾਵੇ, ਇਹ ਤਾਂ ਬਹੁਤ ਮਾੜੀ ਗੱਲ ਹੈ। ਕਿੰਨੇ ਸਾਲ ਹੋ ਗਏ ਔਰ ਕਿੰਨੇ ਕਿੰਨੇ ਵੱਡੇ ਅਹੁਦਿਆਂ 'ਤੇ ਸਿੱਖ ਬੈਠੇ ਆ, ਅਮੈਰੀਕਾ 'ਚ ਨਹੀਂ ਸਾਰੀ ਦੁਨੀਆਂ ਦੇ ਵਿੱਚ ਬੈਠੇ ਆ, ਹੁਣ ਤਾਂ ਆਰਮੀ 'ਚ ਵੀ ਸਿਲੈਕਟ ਹੋ ਗਏ, ਅਮੈਰੀਕਾ ਦੀ ਆਪਣਾ ਪੁਲਿਸ ਦੇ ਵਿੱਚ ਵੀ ਭਰਤੀ ਹੋ ਗਏ। ਜੇ ਅਜੇ ਵੀ ਇਸ ਤਰ੍ਹਾਂ ਦੀ ਗੱਲ ਕੱਟਦੀ ਹੈ ਤਾਂ ਫਿਰ ਇਹੋ ਜਿਹੜੇ ਐਡਵਾਂਸ ਕੰਟਰੀ ਨੇ ਉਹਨਾਂ ਤੋਂ ਹੋਰ ਕਿਸੇ ਤੋਂ ਕੀ ਐਕਸਪੈਕਟ ਕਰ ਸਕਦੇ ਅਸੀਂ ਜੇ ਉੱਥੇ ਹੈਗੇ ਜੀ ਘਟਨਾ ਘਟਦੀਆਂ ਤਾਂ। ਸੋ ਜਿਵੇਂ ਵੀ ਉਹ ਸਿੱਖ ਜਾਣਗੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਨਾਲ ਖੜੀ ਹੈ, ਜੋ ਐਫਰਟਸ ਕਹਿੰਦੇ ਨੇ ਅਸੀਂ ਕਰਨ ਨੂੰ ਤਿਆਰ ਹਾਂ, ਸਾਨੂੰ ਦੱਸ ਦੇਣ, ਮੈਸੇਜ ਕਰ ਦੇਣ, ਸਾਡੇ ਨਾਲ ਤਾਲਮੇਲ ਬਣਾ ਲੈਣ, ਅਸੀਂ ਉਹਨਾਂ ਨਾਲ ਗੱਲ ਕਰਕੇ ਜੋ ਵੀ ਜਾਣਗੇ ਅਸੀਂ ਕਰਾਂਗੇ। ਅਸੀਂ ਤਾਂ ਪਛਾਣ ਦੱਸੀ ਜਾਂਦੇ ਹਾਂ ਜੀ, ਹੁਣ ਪਛਾਣ ਸਮਝਣ ਵਾਲਾ ਜੇ ਕੋਈ ਕਿਸੇ ਦਾ ਕੋਈ ਵਿਅਕਤੀਗਤ ਬੰਦਾ ਕੋਈ ਇਸ ਤਰ੍ਹਾਂ ਦੀ ਕਾਰਵਾਈ ਕਰਦਾ ਤਾਂ ਇਹ ਨਹੀਂ ਹੁੰਦਾ ਵੀ ਅਸੀਂ ਤੂੰ ਪਛਾਣ ਨਹੀਂ ਦੱਸ ਸਕੇ, ਬਾਕੀ ਵੀ ਤਾਂ ਦੁਨੀਆਂ ਦੇ ਵਿੱਚ ਸਿੱਖ ਵੱਸਦੇ ਹੀ ਨੇ, ਉੱਥੇ ਪਛਾਣ ਹੈਗੀ ਹੈ। ਔਰ ਜੇ ਇਸ ਤਰ੍ਹਾਂ ਦੀ ਕੋਈ ਘਟਨਾ ਘਟਦੀ ਹੈ ਤਾਂ ਉਦੋਂ ਮਸਲਾ ਤਾਂ ਇਹੀ ਆਉਂਦਾ ਵੀ ਪਛਾਣ ਨੂੰ ਮਿਸਆਈਡੈਂਟੀਫਾਈ ਕੀਤਾ ਗਿਆ, ਲੇਕਿਨ ਉਹਦੇ ਵਾਸਤੇ ਸਾਨੂੰ ਐਫਰਟਸ ਕਰਨੀ ਚਾਹੀਦੀ ਔਰ ਅਸੀਂ ਹਰ ਵਕਤ ਤਿਆਰ ਹਾਂ। ਅੰਮ੍ਰਿਤਸਰ ਤੋਂ ਡਾਕਟਰ ਰਜਿੰਦਰ ਸਿੰਘ ਦੀ ਰਿਪੋਰਟ, 5 ਆਪ ਟੂਡੇ।